ਸਤਿ ਸ਼੍ਰੀ ਅਕਾਲ ਜੀ, ਕੀ ਹਾਲ ਚਾਲ ਸਾਰਿਆਂ ਦਾ। ਸੋ ਆਪਾਂ ਆ ਚੁੱਕਿਆ ਜੀ ਲਾਈਵ ਮੇਰੇ ਇੰਸਟਾਗ੍ਰਾਮ 'ਤੇ, ਨਾਲ ਮੇਰਾ ਭਰਾ ਸ਼੍ਰੀ ਬਰਾੜ, ਅਤੇ ਜੋ ਕਿ ਹੁਣ ਕਿਸਾਨਾਂ ਦਾ ਮੁੱਦਾ, ਸਾਰੇ ਆਪਣੇ ਪੰਜਾਬ ਦੇ ਵਿੱਚ ਧਰਨੇ ਚੱਲ ਰਹੇ ਆ, ਸਾਰਾ ਕੁਛ ਚੱਲ ਰਿਹਾ। ਇਹ ਪੰਜਾਬ ਦੇ ਵਿੱਚ ਤਾਂ ਆਪਾਂ ਧਰਨਿਆਂ 'ਤੇ ਬੈਠੇ ਹਾਂ, ਸਾਰਾ ਕੁਛ ਠੀਕ ਆ ਆਪਾਂ, ਕਿਉਂਕਿ ਇਹ ਆਪਣਾ ਇੱਕ ਸਰਕਾਰ ਨਾਲ ਨਹੀਂ, ਪੰਜਾਬ ਸਰਕਾਰ ਨਾਲ ਨਹੀਂ, ਇਹ ਸੈਂਟਰ ਦੀ ਸਰਕਾਰ ਨਾਲ ਆਪਣਾ ਰੌਲਾ। ਕਿਉਂਕਿ ਮੈਂ ਵੀ ਇੱਕ ਜੱਟ ਦਾ ਪੁੱਤ ਹਾਂ, ਸ਼੍ਰੀ ਵੀ ਇੱਕ ਜੱਟ ਦਾ ਪੁੱਤ ਆ, ਬਿਲਕੁਲ ਸਾਨੂੰ ਸਾਰਿਆਂ ਨੂੰ ਇਕੱਠੇ ਹੋਣਾ ਪੈਣਾ। ਮੇਰਾ ਇੱਕੋ ਐਲਾਨ ਆ ਮੇਰੇ ਭਰਾਵਾਂ ਅਤੇ ਮੇਰੇ ਕਲਾਕਾਰ ਵੀਰ, ਹੋਰ ਵੀ ਜਿਹੜੇ ਬੰਦੇ ਕੋਈ ਵਲੋਗਰ ਆ ਜਿਹੜੇ ਇੰਸਟਾਗ੍ਰਾਮ 'ਤੇ ਜਾਂ ਯੂਟਿਊਬ 'ਤੇ ਜਿਹਨਾਂ ਦੇ ਪੇਜ ਵੱਡੇ ਆ, ਉਹ ਰੋਜ਼ ਦੀ ਇੱਕ ਪੋਸਟ ਪਾਉਣ। ਮੈਂ ਆਹ ਨਹੀਂ ਕਹਿੰਦਾ ਕੋਈ ਆਪਦਾ ਕੰਮ ਛੱਡੋ, ਮੈਂ ਵੀ ਆਪਦਾ ਕੰਮ ਨਾਲੋਂ ਨਾਲ ਕਰ ਰਿਹਾ। ਜੇ ਮੇਰਾ ਮੰਨ ਲਓ ਕੋਈ ਵੀਡੀਓ ਬਣਨਾ, ਕੋਈ ਹੋਰ ਆ, ਮੈਂ ਉਹ ਵੀ ਕੰਮ ਨਾਲ ਨਾਲ ਕਰ ਰਿਹਾ। ਮੈਂ ਕਿਸੇ ਨੂੰ ਆਹ ਨਹੀਂ ਕਹਿੰਦਾ ਤੁਸੀਂ ਆਪਦਾ ਕੰਮ ਛੱਡੋ, ਪਰ ਤੁਸੀਂ ਇਹਨੂੰ ਵੀ ਜ਼ਿੰਮੇਵਾਰੀ, ਹਾਂ ਇਹ ਵੀ ਆਪਣੀ ਜ਼ਿੰਮੇਵਾਰੀ ਆ, ਰੋਜ਼ ਦੀ ਇੱਕ ਸਟੋਰੀ ਜਾਂ ਪੋਸਟ ਟਰਾਈ ਕਰੋ ਤੁਸੀਂ ਪਾਉਣ ਦੀ। ਕਿਉਂਕਿ ਇਹ ਗੱਲ ਆਪਾਂ ਇਹ ਆਪਾਂ ਨੈਸ਼ਨਲ ਮੀਡੀਆ ਤੱਕ ਪਹੁੰਚਾਉਣੀ ਆ, ਜਿਹਨਾਂ ਬੰਦਿਆਂ ਦੇ ਇੰਸਟਾਗ੍ਰਾਮ ਪੇਜ ਵੱਡੇ ਆ, ਜਿਹਨਾਂ ਦੇ ਫੋਲੋਵਰ ਜ਼ਿਆਦੇ ਆ ਯੂਟਿਊਬ 'ਤੇ, ਸਨੈਪਚੈਟ 'ਤੇ, ਇਹ ਜਦੋਂ ਆਪਾਂ ਪਾਵਾਂਗੇ, ਕਲਾਕਾਰ ਜਾਂ ਕੋਈ ਐਕਟਰ ਜਿਹੜੇ ਵੀ ਪੰਜਾਬ ਤੋਂ ਹੈਗੇ ਆ, ਆਪਾਂ ਪਾਵਾਂਗੇ ਤਾਂ ਇਹ ਨੈਸ਼ਨਲ ਮੀਡੀਆ ਤੱਕ ਗੱਲ ਜਾਊਗੀ। ਕਿਉਂਕਿ ਆਪਣੀਆਂ ਧਰਨੇ, ਆਪਣੀਆਂ ਇਹ ਗੱਲਾਂ, ਇਹ ਸਾਰੀਆਂ ਆਪਣੇ ਪੰਜਾਬ ਦੇ ਵਿੱਚ ਹੀ ਨਿਊਜ਼ਾਂ ਆਈ ਜਾਂਦੀਆਂ, ਨੈਸ਼ਨਲ ਮੀਡੀਆ ਜਮ੍ਹਾਂ ਚੁੱਪ ਬੈਠਾ ਆ। ਬਿਲਕੁਲ, ਇਹਨੂੰ ਆਪਾਂ ਕਿਵੇਂ ਠਾਵਾਂਗੇ ਨੈਸ਼ਨਲ ਮੀਡੀਆ ਨੂੰ? ਆਪਾਂ ਨੂੰ ਆਪ ਵੱਡੇ ਜਿਹੜੇ ਵੀ ਪੰਜਾਬ 'ਚੋਂ ਕੋਈ ਪੋਲੀਟੀਸ਼ੀਅਨ ਆ ਜਾਂ ਕੋਈ ਆਰਟਿਸਟ ਆ, ਕੋਈ ਫਿਲਮ ਅਦਾਕਾਰ ਆ, ਕੋਈ ਵੀ ਹੈ ਨਾ, ਐਕਸ ਵਾਈ ਜੈਡ ਕੋਈ ਵੀ ਆ, ਇਹ ਲੜਾਈ ਆਪਣੀ ਜ਼ਮੀਨ ਦੀ ਆ। ਕਹਿੰਦੇ ਵੀ ਨਾ ਜੱਟ ਤਾਂ ਵੱਟ ਨੂੰ ਇੱਕ ਸੂਈ ਜਿੰਨਾ ਨਹੀਂ ਅੱਗੇ ਪਿੱਛੇ ਕਰ ਦਿੰਦਾ, ਇਹ ਤਾਂ ਆਪਣੀਆਂ ਜ਼ਮੀਨਾਂ ਖੋਣ ਦਾ ਕੰਮ ਕਰੀ ਜਾਂਦੀ ਆ ਸਰਕਾਰ। ਸੋ ਆਪਾਂ ਸਾਰੇ ਇੱਕਜੁੱਟ ਹੋਈਏ, ਜਿਹੜੇ ਮੇਰੇ ਵੀਰ ਧਰਨਿਆਂ 'ਤੇ ਨਹੀਂ ਵੀ ਜਾ ਰਹੇ, ਨਹੀਂ ਵੀ ਜਾ ਹੋ ਰਿਹਾ, ਕਈ ਕਰੋਨਾ ਤੋਂ ਵੀ ਡਰ ਰਹੇ ਆ, ਕਈ ਕੁਛ ਆ, ਮੈਂ ਸਾਰਿਆਂ ਦੀ ਮਜਬੂਰੀ ਸਮਝਦਾ, ਪਰ ਆਪਾਂ ਪੋਸਟ ਤਾਂ ਪਾ ਸਕਦੇ ਹਾਂ ਨਾ, ਕੋਈ ਆਪਣੇ ਹੈਸ਼ਟੈਗ ਕਰਕੇ ਆਪਾਂ ਇਹ ਚੀਜ਼ਾਂ ਪਾਈਏ। ਜਿਹੜੇ ਜਿਹੜੇ ਵੀ ਬੰਦਿਆਂ ਦੇ ਇੰਸਟਾਗ੍ਰਾਮ ਪੇਜ ਵੱਡੇ ਆ, ਯੂਟਿਊਬ, ਫੇਸਬੁੱਕ, ਸਨੈਪਚੈਟ ਵੱਡਾ ਆ, ਉਹ ਰੋਜ਼ ਦੀ ਇੱਕ ਇੱਕ ਸਟੋਰੀ ਪਾਉਣ, ਭਾਵੇਂ ਪੋਸਟ ਵੀ ਨਾ ਪਵੇ, ਸਟੋਰੀ ਰੋਜ਼ ਦੀ ਇੱਕ ਇੱਕ ਸਟੋਰੀ ਪਾਓ, ਵੀ ਆਪਣੀ ਇਹ ਗੱਲ, ਇਹ ਆਪਣੇ ਨੈਸ਼ਨਲ ਮੀਡੀਆ ਜਿਵੇਂ ਆਜ ਤੱਕ ਵੱਡੇ ਚੈਨਲ ਹੋ ਗਏ, ਇਹਨਾਂ 'ਤੇ ਚੱਲੇ ਵੀ ਪੰਜਾਬ ਦੇ ਵਿੱਚ ਇੰਨੇ ਬਜ਼ੁਰਗ, ਇੰਨੇ ਕਿਸਾਨ ਰੋਜ਼ ਸੜਕਾਂ 'ਤੇ ਆ, ਜਿਨ੍ਹਾਂ ਨੂੰ ਕਿਸੇ ਨੂੰ ਸ਼ੂਗਰ ਆ, ਕਿਸੇ ਨੂੰ BP ਵੱਧ ਆ, ਉਹ ਪੂਰੀ ਸੰਘਣੀ ਧੁੱਪ ਦੇ ਵਿੱਚ ਧਰਨਿਆਂ 'ਤੇ ਬੈਠੇ ਆ, ਤਾਂ ਇਹ ਸੈਂਟਰ ਤੱਕ ਗੱਲ ਪਹੁੰਚੂਗੀ ਆਪਣੀ। ਸੋ ਸਾਰੇ ਮੇਰੇ ਵੀਰਾਂ ਨੂੰ ਮੇਰੀ ਬੇਨਤੀ ਆ ਵੀ ਆਪਦੇ ਕੰਮ ਨਾਲੋਂ ਨਾਲ ਕਰਦੇ ਰਹੋ, ਕੋਈ ਆਪਦਾ ਕੰਮ ਨਾ ਛੱਡੋ, ਪਰ ਇਹ ਚੀਜ਼ ਨੂੰ ਵੀ ਆਪਣੀ ਜ਼ਿੰਮੇਵਾਰੀ ਸਮਝੋ। ਜਿਹੜੇ ਕਿ ਕਈ ਆਰਟਿਸਟ, ਕਈ ਕਲਾਕਾਰ ਕੈਨੇਡਾ ਬੈਠੇ ਆ, ਅਤੇ ਉਹ ਮੇਰੇ ਭਰਾ ਪੋਸਟਾਂ ਪਾਓ, ਕਿਉਂਕਿ ਆਪਣੇ ਫੈਨ ਫੋਲੋਇੰਗ ਇਕੱਲੀ ਪੰਜਾਬ 'ਚ ਨਹੀਂ ਆ, ਆਪਣੇ ਆਲ ਓਵਰ ਇੰਡੀਆ, ਪੈਨ ਇੰਡੀਆ ਫੈਨ ਫੋਲੋਇੰਗ ਆ, ਬਾਹਰ 'ਚ, ਬਾਹਰਲੇ ਦੇਸ਼ਾਂ 'ਚ ਆ। ਇਹ ਮਜਬੂਰ ਹੋ ਜਾਣੇ ਬਿੱਲ ਪਾਸ ਕਰਨ, ਇਹ ਬਿੱਲ ਪਾਸ ਕਰਨਾ ਇਹਨਾਂ ਨੂੰ, ਇਹਨਾਂ ਦੀ ਮਜਬੂਰੀ ਬਣ ਜੇ, ਕਿਉਂਕਿ ਜਦੋਂ ਆਪਾਂ ਇਹ ਪੋਸਟਾਂ ਪਾਵਾਂਗੇ, ਆਪਾਂ ਸਾਰੇ ਪਾਵਾਂਗੇ, ਤਾਂ ਇਹਦਾ ਹੱਲਾ ਬੋਲਿਆ ਜਾਊਗਾ, ਅਤੇ ਇਹ ਬਿੱਲ ਜਿਵੇਂ ਆਪਾਂ ਚਾਹੁੰਦੇ ਹਾਂ ਉਵੇਂ ਪਾਸ ਹੋਣਗੇ। ਜਿਵੇਂ ਜੋ ਵੀ ਗਲਤ ਇਹਨਾਂ ਨੇ ਬਿੱਲ ਕਰਤਾ, ਤਾਂ ਉਹਨੂੰ ਸਹੀ ਆਪਾਂ ਜਿਵੇਂ ਵੀ ਕਰਾਉਣਾ ਆਪਣੇ ਹੱਕਾਂ ਲਈ, ਤਾਂ ਆਪਾਂ ਹੁਣ ਪਿੱਛੇ ਨਾ ਹਟੀਏ, ਇਹ ਨਾਲ ਦੀ ਨਾਲ ਆਪਾਂ ਚੱਲਦਾ ਹੀ ਰੱਖੀਏ ਇਹਨੂੰ, ਬਿਲਕੁਲ ਇਹਨੂੰ, ਕਿਉਂਕਿ ਇਸ ਚੀਜ਼ ਦਾ ਨੁਕਸਾਨ ਜੇ ਅਸੀਂ ਸੋਚੀਏ ਕਿ ਸਾਡੀ ਲਾਈਨ ਕਲਾਕਾਰੀ ਨਹੀਂ, ਹਰ ਪਾਸੇ ਦਾ ਨੁਕਸਾਨ ਯਾਰ। ਆਪਾਂ ਵੀ ਕਲਾਕਾਰ ਹਾਂ, ਅੱਜ ਕਲਾਕਾਰ ਇੱਕ ਆਪਾਂ ਇੰਨੀ ਮਿਹਨਤ ਕਰਦੇ ਹਾਂ, ਵੀਡੀਓ ਬਣਾਉਣੇ ਆ, ਗਾਣੇ ਬਣਾਉਣੇ ਆ, ਫਿਲਮਾਂ, ਉਹ ਫਿਲਮਾਂ ਵੇਖਣ ਕਿੰਨੇ ਜਾਣੀਆਂ, ਕਿੰਨੇ ਜਾਣ, ਉਹ ਫਿਲਮਾਂ ਵੇਖਣੀਆਂ ਆਪਣੇ ਜ਼ਿਮੀਦਾਰ ਭਰਾਵਾਂ ਨੇ, ਕਿਉਂਕਿ ਜੇ ਫਸਲਾਂ 'ਚੋਂ ਪੈਸੇ ਬਚਣਗੇ, ਥੀਏਟਰ ਭਰਨਗੇ, ਗਾਣਾ ਲੋਕੀ ਤਾਂ ਸੁਣਨਗੇ, ਜੇ ਸਾਰਾ ਇਹ ਆਪਣੇ ਹੱਥੋਂ ਆਪਣੀ ਕਮਾਈ ਖੋਈ ਜਾਂਦੇ ਆ। ਬਿਲਕੁਲ ਬਿਲਕੁਲ। ਸੋ ਸਾਡੀ ਆਰਟਿਸਟਾਂ ਦੀ ਵੀ, ਹਰ ਬੰਦੇ ਦੀ ਯਾਰ, ਸਾਰੇ ਹੀ ਭਾਵੇਂ ਛੱਡੋ ਯਾਰ, ਆਪਣੀ ਇੰਡੀਆ, ਆਪਣੇ ਇੰਡੀਆ ਦਾ ਹੀ ਮੈਨੂੰ ਲੱਗਦਾ 70% ਲੋਕੀ ਜ਼ਮੀਨਾਂ ਤੇ ਨਿਰਭਰ ਐਗਰੀਕਲਚਰ ਤੇ ਆ, ਤੇ ਇਹ ਤਾਂ ਚਾਹੁੰਦੇ ਆ ਵੀ ਰਿਲਾਇੰਸ ਵਾਲਿਆਂ ਨੂੰ ਦੇ ਦੇਣ। ਇਕੱਲੇ ਮੈਂ ਜ਼ਿਮੀਦਾਰ ਬੰਦੇ ਨੀ, ਇਹ 'ਚ ਜਿਹੜੇ ਦਿਹਾੜੀਦਾਰ ਬੰਦੇ ਉਹ ਵੀ ਤੰਗ ਹੋਣਗੇ, ਕਿਉਂਕਿ ਇਹਨਾਂ ਨੇ ਤਾਂ ਸਿੱਧਾ ਜੂਨ ਡੀਅਰ ਨਾਲ ਸਿੱਧਾ ਠੇਕੇ ਮਾਰ ਲੈਣੇ ਆ, ਵੀ ਸਿੱਧਾ 10-10-20-20 ਏਕੜ ਤੇ
ਮਸ਼ੀਨਾਂ ਲੱਗ ਜਾਣੀਆਂ, ਆਪੇ ਕੰਮ ਹੋਈ ਜਾਣੇ ਆ, ਨਾ ਕੋਈ ਲੇਬਰ ਵਾਲਿਆਂ ਨੂੰ। ਸੋ ਸਾਰਿਆਂ ਨੂੰ ਆਪਾਂ ਨੂੰ ਇਕਜੁੱਟ ਹੋਣਾ ਪੈਣਾ। ਸੋ ਮੇਰੀ ਬੇਨਤੀ ਹੈ ਮੇਰੇ ਸਾਰੇ ਭਰਾਵਾਂ ਨੂੰ, ਮੇਰੇ ਲਿਸਨਰਸ ਨੂੰ, ਵੀ ਆਪਾਂ ਰੋਜ਼ ਆਪਦੇ ਕੰਮ ਤੁਸੀਂ ਨਾ ਛੱਡੋ, ਕਰੀ ਚੱਲੋ, ਪਰ ਰੋਜ਼ ਦੀ ਆਪਾਂ ਸਾਰੇ ਭਰਾ ਇੱਕ ਇੱਕ ਸਟੋਰੀ ਆਪਦੇ ਇੰਸਟਾਗ੍ਰਾਮ, ਯੂਟਿਊਬ, ਸਨੈਪਚੈਟ ਤੇ ਜ਼ਰੂਰ ਪਾਈਏ। ਬਿਲਕੁਲ ਬਿਲਕੁਲ। ਤੇ ਬਾਕੀ ਆਹ ਮੌਕੇ ਤੇ ਆਪਾਂ ਨੂੰ ਸਾਰਿਆਂ ਨੂੰ ਇਕਜੁੱਟ ਹੋਣਾ ਪੈਣਾ। ਬਿਲਕੁਲ। ਭਾਵੇਂ ਕਲਾਕਾਰਾਂ ਦੇ ਵਿੱਚ ਕਿਸੇ ਦੀ ਨਹੀਂ ਬਣਦੀ, ਪਰ ਇੱਕ ਚੀਜ਼ ਮੈਂ ਹੋਰ ਕਹਿੰਦਾ, ਜਿਹੜਾ ਕੋਈ ਕਲਾਕਾਰ ਇਹ ਚੀਜ਼ ਨਹੀਂ ਪਾ ਰਿਹਾ ਥੋੜੇ ਦਿਨਾਂ ਤੋਂ, ਕੋਈ ਨਹੀਂ, ਕਿਉਂਕਿ ਵਿੱਚੋਂ ਤਿੰਨ ਚਾਰ ਦਿਨ ਮੈਂ ਵੀ ਨੀ ਸਟੋਰੀ ਪਾਈ ਸੀ, ਮੈਨੂੰ ਵੀ ਫੀਲ ਹੋਇਆ ਵੀ ਨਹੀਂ ਯਾਰ ਮਨਕਿਰਤ ਸਿੰਘ ਆਪਾਂ ਨੂੰ ਪਾਉਣੀ ਚਾਹੀਦੀ ਆ, ਆਪਾਂ ਪਾਈਏ। ਮੈਂ ਵੀ ਹੁਣ ਪਰ ਉੱਥੇ ਉੱਥੇ ਹੀ, ਕਿਉਂਕਿ ਪੜਦੇ ਦੇ ਜਿਹੜਾ ਇਹ ਹੈਗਾ ਕਿ ਰੀਅਲ ਲਾਈਫ ਚ ਕੀ ਚੱਲ ਰਿਹਾ ਉਹ ਹਨਾ ਕਈ ਵਾਰ ਨਹੀਂ ਪਤਾ ਹੁੰਦਾ। ਆਪਾਂ ਜਿੱਦਾਂ ਸ਼ੂਟ ਚੱਲ ਰਿਹਾ ਉਦਾਂ ਵੀਰੇ ਨੇ ਸਵੇਰੇ ਫੋਨ ਕੀਤਾ, ਤੁਸੀਂ ਕੀਤਾ ਵੀ ਫੋਨ ਕਿ ਆਪਣੇ ਕੋਈ ਸੱਜਣ ਮਿੱਤਰ ਸੀ ਭੇਜ ਰਹੇ ਸੀ ਕਿ ਆਪਾਂ ਧਰਨੇ ਤੇ ਜਾਣਾ ਇੱਦਾਂ ਕਰਨਾ, ਪਰ ਹਰ ਬੰਦਾ ਲੱਗਿਆ ਪਿਆ। ਆਪਾਂ ਕਈ ਬੰਦਿਆਂ ਨੂੰ ਹਨਾ ਆਪਾਂ ਜੇ ਆਪਾਂ ਕੋਈ ਟਾਰਗੇਟ ਕਰਦੇ ਹਾਂ ਜਾਂ ਐਂ ਕਰਦੇ ਹਾਂ, ਹਰ ਬੰਦਾ ਜੇ ਜ਼ਰੂਰੀ ਨਹੀਂ ਕਿ ਆਪਣੇ ਸਾਹਮਣੇ ਕਈ ਵਾਰੀ ਨਹੀਂ ਦੇਖ ਰਹੇ, ਉਹ ਪਿੱਛੋਂ ਹਰ ਬੰਦਾ ਹੀ ਤੰਗ ਹੈ ਕਿਉਂਕਿ ਸਾਰਿਆਂ ਦਾ ਕੈਰੀਅਰ ਖਤਮ ਹੋ ਰਿਹਾ। ਪਰ ਇੱਕ ਗੱਲ ਮੈਂ ਆਪਣੇ ਕਲਾਕਾਰ ਭਰਾਵਾਂ ਨੂੰ ਇੱਕ ਚੀਜ਼ ਮੈਂ ਹੋਰ ਗੱਲ ਕਹਿਣਾ, ਜਿਹੜਾ ਕੋਈ ਭਰਾ ਸਟੋਰੀ ਚਲੋ ਨਹੀਂ ਪਾ ਰਿਹਾ, ਕੁਛ ਨਹੀਂ ਪਾ ਰਿਹਾ, ਆਪਾਂ ਨੂੰ ਪਰਸਨਲੀ ਫੋਨ ਕਰਕੇ ਕਹੀਏ। ਬਿਲਕੁਲ ਬਿਲਕੁਲ। ਪਰਸਨਲ ਫੋਨ ਕਰਕੇ ਕਹੀਏ ਵੀ ਵੀਰ ਵੀ ਤੁਸੀਂ ਵੀ ਇਹ ਚੀਜ਼ ਸੰਘਾਰਾ ਭਰੋ, ਤੇ ਆਪਾਂ ਆਹ ਚੀਜ਼ਾਂ ਨਾ ਕਰੀਏ ਜੀ, ਉਹਨੇ ਕਲਾਕਾਰ ਨੇ ਨੀ ਪਾਈ, ਅਸੀਂ ਕਲਾਕਾਰਾਂ ਨੇ ਪਾਈ, ਆਪਾਂ ਆਹ ਚੀਜ਼ ਨਾ ਕਰੀਏ। ਆਹ ਵੀ ਮੇਰੀ ਬੇਨਤੀ ਆ, ਕਿਉਂਕਿ ਸਾਰੇ ਕਲਾਕਾਰ ਭਾਵੇਂ ਆਪਣੀ ਸਾਰਿਆਂ ਦੀ ਕਿਸੇ ਦੀ ਬਣਦੀ ਆ ਨਹੀਂ ਆ ਯਾਰ, ਆਪਾਂ ਨੂੰ ਇਕਜੁੱਟ ਹੋਣਾ ਆਪਣੇ ਪੰਜਾਬ ਵਾਸਤੇ। ਆਪਾਂ ਕਿਸੇ ਨੂੰ ਆਹ ਚੀਜ਼ ਸੁਣਾਉਣੀ ਨੀ ਵੀ ਆਪਾਂ ਐਂ ਚੱਲ ਰਹੇ ਹਾਂ ਉਹ ਚੱਲ ਰਿਹਾ, ਕਿਉਂਕਿ ਸਾਰੇ ਆਪਣੇ ਭਰਾ ਆ ਤੇ ਆਪਾਂ ਸਾਰਿਆਂ ਦੇ ਭਰਾ ਆ। ਸੋ ਆਪਾਂ ਸਾਰੇ ਇਕਜੁੱਟ ਹੋਈਏ ਤੇ ਆਪਣੇ ਪੰਜਾਬ ਲਈ, ਆਪਣੀਆਂ ਫਸਲਾਂ ਲਈ, ਆਪਣੀ ਜ਼ਮੀਰ ਲਈ। ਬਿਲਕੁਲ। ਤੇ ਜਿਹੜਾ ਆਪਾਂ ਗਾਣੇ ਚ ਜੱਟਵਾਦ ਕਰਦੇ ਆ, ਇਹ ਜੱਟਵਾਦ ਵੀ ਉਦੋਂ ਵਧੀਆ ਲੱਗਣਾ ਜਦੋਂ ਇਹ ਬਿੱਲ ਆਪਣੇ ਹੱਕ ਚ ਹੋਏ। ਬਿਲਕੁਲ। ਜੇ ਬਿੱਲ ਵੀ ਹੱਕ ਚ ਨਾ ਹੋਏ ਤੇ ਆਪਾਂ ਕਲਾਕਾਰ ਵੀ ਜੱਟ ਤੇ ਗਾਣਾ ਗਾਉਣਾ ਬੰਦ ਹੋ ਜੂ ਆਪਣਾ। ਬਿਲਕੁਲ। ਸੋ ਆਪਾਂ ਜੱਟ ਜ਼ਿਆਦਾ ਕਰਦੇ ਆ, ਇਹ ਚੀਜ਼ਾਂ ਵੀ ਮੇਰੀ ਫਿਰ ਬੇਨਤੀ ਆ ਤੁਹਾਨੂੰ ਸਾਰਿਆਂ ਨੂੰ ਵੀ ਜਿਵੇਂ ਆਪਣੀ ਸਾਰੀ ਪਬਲਿਕ ਸੜਕਾਂ ਤੇ ਬਹਿ ਗਈ, ਸਾਰਾ ਕੁਛ ਹੋ ਰਿਹਾ, ਆਪਣੇ ਜਿਹੜੇ ਵੀ ਮੇਰੇ ਆਰਟਿਸਟ ਵੀਰ ਨੇ, ਜਿਹੜੇ ਵੀ ਹੋਰ ਵੀ ਕੋਈ ਫਿਲਮੀ ਐਕਟਰ ਨੇ, ਕਮੇਡੀਅਨ ਨੇ, ਜਿਵੇਂ ਕਿ ਸਾਰੇ ਜਿਵੇਂ ਇੱਥੇ ਬੰਬੇ ਵੀ ਹੁਣ ਲਾ ਲਓ ਪੰਜਾਬ ਵਾਲਿਆਂ ਨੇ ਘੇਰਿਆ। ਬਿਲਕੁਲ। ਜਿਵੇਂ ਕਪਿਲ ਸ਼ਰਮਾ ਭਾਜੀ ਹੋ ਗਏ, ਹੋਰ ਬਹੁਤ ਬਹੁਤ ਵੱਡੇ ਅਦਾਕਾਰ, ਸਾਰੇ ਭਰਾ ਆਪਾਂ ਰਲ ਮਿਲ ਕੇ ਇਹ ਨੈਸ਼ਨਲ ਮੀਡੀਆ ਤੱਕ ਗੱਲ ਪਹੁੰਚਾਈਏ। ਬਸ ਮੇਰੀ ਇੱਕੋ ਹੀ ਬੇਨਤੀ ਆ ਵੀ ਨੈਸ਼ਨਲ ਮੀਡੀਆ ਨੂੰ, ਨੈਸ਼ਨਲ ਮੀਡੀਆ ਇਹ ਆਪਣੇ ਪੰਜਾਬ ਦਾ ਜਿਹੜਾ ਆਪਾਂ ਧਰਨੇ ਲਾ ਰਹੇ ਹਾਂ, ਇਹ ਨੈਸ਼ਨਲ ਮੀਡੀਆ ਤੇ ਚੱਲੇ। ਜਿੱਦਣ ਇਹ ਨੈਸ਼ਨਲ ਮੀਡੀਆ ਤੇ ਚੱਲ ਗਿਆ, ਇਹਨਾਂ ਦੀ ਮਜਬੂਰੀ ਬਣ ਜੂ ਬਿੱਲ ਪਾਸ ਕਰਨਾ। ਬਿਲਕੁਲ। ਬਸ ਇੰਨੀ ਗੱਲ ਤੁਹਾਡੇ ਨਾਲ ਸ਼ੇਅਰ ਕਰਨਾ ਚਾਹੁੰਦੇ ਸੀ। ਆਪਦੀ ਸੇਫਟੀ ਵੀ ਰੱਖੋ, ਕਰੋਨਾ ਵਾਲਾ ਵੀ ਵਿੱਚ ਇੱਕ ਚੱਲ ਰਿਹਾ ਸੀਗਾ, ਉਹ ਵੀ ਸੇਫਟੀ ਵੀ ਰੱਖੋ, ਕਿਉਂਕਿ ਸਾਡੀ ਜੰਗ ਕਾਨੂੰਨ ਨਾਲ ਆ, ਤਾਂ ਉਹ ਲੜੀ ਵੀ ਕਾਨੂੰਨ ਦੇ ਤਰੀਕੇ ਨਾਲ ਹੀ ਜਾਊਗੀ, ਤਾਂ ਉਹਨੂੰ ਕਾਨੂੰਨ ਦੇ ਦਾਇਰੇ 'ਚ ਰਹਿ ਕੇ ਹੀ ਆਪਾਂ ਹਨਾ, ਕਿ ਇਹ ਨਾ ਹੋਵੇ ਕਿ ਕਈ ਵਾਰੀ ਵਿੱਚ ਗਲਤ ਤਰੀਕੇ ਦੇ ਬੰਦੇ ਆ ਕੇ ਜਾਣ ਕੇ ਭੜਕਾ ਕੇ ਹਨਾ ਕਿ ਸਾਰਾ ਹੀ ਕੰਮ ਖਰਾਬ ਕਰ ਦੇਣ। ਆਪਾਂ ਵਧੀਆ ਤਰੀਕੇ ਨਾਲ ਕਾਨੂੰਨ ਦੇ ਤਰੀਕੇ ਨਾਲ ਹੀ ਆਪਦਾ ਹੱਥ ਲੈਣਾ, ਅਤੇ ਬਾਬਾ ਮਿਹਰ ਕਰੇ, ਛੇਤੀ ਚੰਗੇ ਦਿਨ ਦੇਖੀਏ, ਫਿਰ ਤੋਂ ਇਹ ਚੀਜ਼ਾਂ ਤੋਂ ਨਿਕਲੀਏ। ਹਾਂਜੀ ਵੀਰੇ। ਚੰਗਾ ਜੀ, ਸਾਰਿਆਂ ਨੂੰ ਇੱਕੋ ਬੇਨਤੀ ਆ ਵੀ ਨੈਸ਼ਨਲ ਮੀਡੀਆ ਟੈਗ ਕਰਕੇ। ਬਿਲਕੁਲ। ਅਤੇ ਆਪਾਂ ਨੈਸ਼ਨਲ ਮੀਡੀਆ ਨੂੰ ਵੱਧ ਤੋਂ ਵੱਧ ਟੈਗ ਕਰੀਏ, ਅਤੇ ਆਪਾਂ ਇਹ ਚੀਜ਼ ਇਹਨਾਂ ਦੇ ਕੰਨੀ ਪਾਈਏ, ਆਪਦੀਆਂ ਫਸਲਾਂ, ਆਪਦੀ ਵਾਹੀ ਬਚਾਈਏ। ਬਿਲਕੁਲ। ਅਤੇ ਆਪਦਾ ਰੁਤਬਾ ਕਾਇਮ ਰੱਖੀਏ। ਬਾਕੀ ਸਾਰੇ ਭਰਾ ਕਹਿਣ ਦੀ ਲੋੜ ਹੀ ਨੀਗੀ, ਜੇ ਚਾਹੇ ਸਿੰਗਰ ਐ ਅਸੀਂ ਜਾਂ ਜਿੰਨੇ ਵੀ ਐ ਸਾਰੇ ਭਰਾ। ਯਾਰ ਸਿੰਗਰ ਹੋਣ ਤੋਂ ਪਹਿਲਾਂ ਅਸੀਂ ਇੱਕ ਕਿਸਾਨ ਦੇ ਪੁੱਤ ਆ। ਬਿਲਕੁਲ। ਠੀਕ ਆ, ਸਾਡੇ ਬਾਪ ਦਾਦਿਆਂ ਨੇ, ਅਸੀਂ ਗਾਂ, ਹੁਣ ਅਸੀਂ ਵੀ ਜੇ ਅੱਜ ਕਲਾਕਾਰੀ ਚ ਵੀ ਆਏ ਆ। ਸਭ ਤੋਂ ਪਹਿਲਾਂ ਆਹ ਚੀਜ਼ ਸੋਚੀ ਸੀ ਕਲਾਕਾਰੀ ਚ ਜਦੋਂ ਆਏ ਸੀ ਵੀ ਜ਼ਮੀਨ ਲੈਣੀ ਆ, ਜ਼ਮੀਨ, ਸਭ ਤੋਂ ਪਹਿਲਾਂ ਜ਼ਮੀਨਾਂ ਬਣਾਈਆਂ। ਇਹ ਆਪਣੇ ਖੂਨ ਚ ਆ, ਖੂਨ ਚ, ਕਿਉਂਕਿ ਉਹ ਚੀਜ਼ਾਂ ਜਦੋਂ ਨਿੱਕੇ ਹੁੰਦੇ ਸੀ, ਮੈਨੂੰ ਅੱਜ ਵੀ ਯਾਦ ਆ, ਡੈਡੀ ਨੇ ਟਰੈਕਟਰ ਚਲਾਉਣਾ, ਡੈਡੀ ਪਿੱਛੇ ਉਹ ਕੀ ਕਹਿੰਦੇ ਕਣਕ, ਜਦੋਂ ਕਣਕ ਦੇ ਪਿੱਛੇ ਮਸ਼ੀਨ ਪਿੱਛੇ ਤੁਰਦੇ ਨੀ ਹੁੰਦੇ, ਉਹ ਚੀਜ਼ਾਂ ਆਪਣੇ ਖੂਨ ਚ ਆ। ਭਾਵੇਂ ਆਪਾਂ ਕੈਨੇਡਾ, ਅਮੈਰੀਕਾ ਬਹਿ ਜਾਈਏ, ਕਿਤੇ ਵੀ ਬਹਿ ਜਾਈਏ, ਉਹ ਚੀਜ਼ਾਂ ਆਪਣੇ ਖੂਨ ਚੋਂ ਨਹੀਂ ਨਿਕਲਣੀਆਂ। ਸੋ ਇਹ ਨੈਸ਼ਨਲ ਮੀਡੀਆ ਤੱਕ ਆਪਾਂ, ਬਸ ਮੈਂ ਇੱਕੋ ਗੱਲ ਕਹਿੰਦਾ, ਆਵਾਜ਼ ਪਹੁੰਚਾਈਏ, ਤੇ ਮੋਦੀ ਜੀ ਨੂੰ ਬਹੁਤ ਰਿਕੁਐਸਟ ਆ ਸਾਡੀ ਹੱਥ ਬੰਨ ਕੇ ਵੀ ਪਲੀਜ਼ ਇਹ ਬਿੱਲ ਸਾਡੇ ਹੱਕਾਂ ਚ ਕਰੋ। ਦੋਵੇਂ ਹੱਥ ਜੋੜ ਕੇ ਇੱਕੋ ਹੀ ਰਿਕੁਐਸਟ ਆ ਵੀ ਪਲੀਜ਼ ਤੁਸੀਂ ਸਾਨੂੰ ਇੰਨਾ ਤਾਓ ਨਾ ਸਾਡੇ। ਬਿਲਕੁਲ ਬਿਲਕੁਲ।
ਕਿਉਂਕਿ ਇਹ ਇਹਦੇ ਨਾਲ ਪ੍ਰਭਾਵਿਤ ਬਹੁਤ ਜ਼ਿਆਦਾ ਅੱਗੇ ਬੇਰੋਜ਼ਗਾਰੀ ਇੰਨੀ ਕਿਉਂਕਿ ਜਿਵੇਂ ਫੌਜੀ ਸਰਹੱਦ ਤੇ ਖੜਦੇ ਆ ਨਾ ਆਪਾਂ ਆਪਦੇ ਹੱਕਾਂ ਲਈ ਖੜਦੇ ਆ ਆਪਣੀ ਮਿਲਟਰੀ ਹੱਕਾਂ ਲਈ ਖੜਦੀ ਆ ਬਿਲਕੁਲ ਤੇ ਸਾਨੂੰ ਵੀ ਫਾਰਮਰਸ ਨੂੰ ਹੱਕਾਂ ਲਈ ਸੜਕਾਂ ਤੇ ਫਿਰਨਾ ਕਿਉਂ ਵੀ ਅਸੀਂ ਮਾੜੇ ਆ ਕਿਉਂਕਿ ਸਾਨੂੰ ਵੀ ਆਪਦੇ ਹੱਕਾਂ ਲਈ ਸਾਨੂੰ ਵੀ ਆਪਦੇ ਹੱਕਾਂ ਲਈ ਜ਼ਮੀਨਾਂ ਲਈ ਸਾਨੂੰ ਆਪਦੀ ਆ ਸਾਰਾ ਜੋ ਵੀ ਕੁਛ ਹੋ ਰਿਹਾ ਇਹਨਾਂ ਲਈ ਸਾਨੂੰ ਵੀ ਸੜਕਾਂ ਤੇ ਬਹਿਣਾ ਪੈਣਾ ਬਿਲਕੁਲ 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 ਜਿੱਥੇ ਜੋ ਵੀ ਆਪਣਾ ਜੋ ਜਿੱਥੇ ਜ਼ਿੰਮੇਵਾਰੀ ਲੱਗਦੀ ਹੈਗੀ ਆ ਸਾਰੇ ਭਰਾ ਨਾਲ ਖੜੇ ਆ ਜੋ ਵੀ ਪੰਜਾਬ ਇਸ ਹੱਕ ਚ ਜੋ ਵੀ ਸਾਡੀ ਜ਼ਿੰਮੇਵਾਰੀ ਲਾਉਂਦਾ ਅਸੀਂ ਸਾਰੇ ਨਾਲ ਖੜੇ ਆ ਹਾਂਜੀ ਬਾਹਲਾ ਕੁਛ ਨਾ ਕਹਿੰਦੇ ਹੋਏ ਇਜਾਜ਼ਤ ਲੈਂਦੇ ਆ ਜੀ ਸਤਿ ਸ੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਥੈਂਕ ਯੂ ਸਾਡੇ ਲਈ ਬਹੁਤ ਵੱਡੀ ਮਾਣ ਵਾਲੀ ਗੱਲ ਹੈ ਕਿ ਜੋ ਇੰਨੇ ਪੰਜਾਬੀ ਗਏ ਕਿਸਾਨਾਂ ਦੇ ਹੱਕ ਵਿੱਚ ਖੜੇ ਹਨ ਤੇ ਸਰਕਾਰ ਦੇ ਇਸ ਬਿੱਲ ਦਾ ਵਿਰੋਧ ਕਰ ਰਹੇ ਹਨ ਸਗੋਂ ਨੌਜਵਾਨਾਂ ਨੂੰ ਵੀ ਵੱਧ ਤੋਂ ਵੱਧ ਸਾਥ ਦੇ ਧਰਨੇ ਵਿੱਚ ਸ਼ਾਮਿਲ ਹੋਣਾ ਚਾਹੀਦਾ ਹੈ ਤਾਂ ਜੋ ਇਹ ਕਿਸਾਨ ਵਿਰੋਧੀ ਬਿੱਲ ਰੱਦ ਹੋ ਸਕੇ ਇਸ ਬਿੱਲ ਪ੍ਰਤੀ ਸਰਕਾਰ ਦੇ ਵਿਰੋਧ ਵਿੱਚ ਕੀ ਕਰਨਾ ਚਾਹੀਦਾ ਹੈ ਤੁਸੀਂ ਵੀ ਆਪਣੇ ਕਮੈਂਟ ਕਰ ਆਪਣੇ ਵਿਚਾਰ ਦੇਣਾ ਤੇ ਜੇਕਰ ਤੁਹਾਨੂੰ ਇਹ ਵੀਡੀਓ ਵਧੀਆ ਲੱਗੀ ਤਾਂ ਇਸ ਵੀਡੀਓ ਨੂੰ ਲਾਈਕ ਜ਼ਰੂਰ ਕਰਨਾ ਇਸ ਦੇ ਨਾਲ ਇਸ ਵੀਡੀਓ ਵਿੱਚ ਇੰਨਾ ਹੀ ਮਿਲਦੇ ਹਾਂ ਕਿਸੇ ਹੋਰ ਪੰਜਾਬੀ ਇੰਡਸਟਰੀ ਦੀ ਨਵੀਂ ਅਪਡੇਟ ਨਾਲ ਤੇ ਜੇਕਰ ਤੁਹਾਡੇ ਕੋਲ ਵੀ ਪੰਜਾਬੀ ਇੰਡਸਟਰੀ ਦਾ ਕੋਈ ਅਜਿਹਾ ਅਪਡੇਟ ਹੈ ਜੋ ਤੁਸੀਂ ਸਾਡੇ ਨਾਲ ਸਾਂਝਾ ਕਰਨਾ ਚਾਹੁੰਦੇ ਹੋ ਤਾਂ ਸਾਨੂੰ ਇੰਸਟਾਗ੍ਰਾਮ ਤੇ ਫੋਲੋ ਕਰਕੇ DM ਕਰ ਉਸਦੀ ਜਾਣਕਾਰੀ ਦੇ ਸਕਦੇ ਹੋ ਸਭ ਤੋਂ ਪਹਿਲਾਂ ਜਾਣਕਾਰੀ ਦੇਣ ਵਾਲੇ ਦਾ ਨਾਮ ਇਸ ਵੀਡੀਓ ਵਿੱਚ ਸ਼ੇਅਰ ਕੀਤਾ ਜਾਵੇਗਾ ਜੇਕਰ ਇਸ ਚੈਨਲ ਦੇ ਤੁਸੀਂ ਨਵੇਂ ਹੋ ਤਾਂ ਪੰਜਾਬੀ ਇੰਡਸਟਰੀ ਦੀਆਂ ਹਰ ਨਵੀਆਂ ਅਪਡੇਟਸ ਨੂੰ ਸਭ ਤੋਂ ਪਹਿਲਾਂ ਦੇਖਣ ਲਈ ਇਸ ਚੈਨਲ ਨੂੰ ਸਬਸਕ੍ਰਾਈਬ ਕਰ ਘੰਟੀ ਵਾਲੇ ਬਟਨ ਨੂੰ ਦਬਾਉਣਾ ਨਾ ਭੁੱਲਣਾ ਤੁਹਾਡਾ ਦਿਨ ਸ਼ੁਭ ਰਹੇ ਧੰਨਵਾਦ